वेरका मिलक अते कैटल फीड प्लांट आउटसोर्स यूनियन वेरका कैटल फीड प्लांट कनिया के बांगर के बांगर ठेका मुलाजमा वलों ठेकेदारी सिस्टम खिलाफ कीती गेट रैली 11 मार्च 2023 नू सूबा कमेटी दे फैसले अनुसार 3 तरीक 13 तरीक तक गेट रैलियां करन दे आदेश जारी हुए सन। उस दे अनुसार कनिया के बांगर प्लांट दे गेट रैली कीती गई। इस गेट रैली दे उद्देश जो सरकार वल्लों रेगुलर भर्ती दी कैबिनेट दे विच प्रवानगी दित्ती गई उस दे खिलाफ ते जो ठेकेदारी सिस्टम नू खत्म करन लई गेट रैली कीती गई। सरकार ने वोटां विच वादा कीता गया सी कि ठेकेदारी सिस्टम बंद करके वर्करां नू पक्के रुजगार ते विभागां विच शामिल करांगे, पर उसनू अजोकियां आउटसोर्स वर्करां नू पक्का करन दी बजाय ठेकेदारी सिस्टम नू बढ़ावा दित्ता जा रहा। 16 तरीक नू मुख्यमंत्री भगवंत मान जी नाल मीटिंग है, जिस विच असी अपनियां मंगां दा हल करन संबंधी मीटिंग लई सी। जे इस मीटिंग विच साडियां मंगां दा हल नहीं हुंदा तां संघर्ष होर तिखा कीता जावेगा। अगला स्थापित साडा असी पूरी मिलकफैड जाम करांगे, होर तिखा संघर्ष करांगे अते एमएलए ते अते मंत्रियां दा दफ्तरां अते कोठियां दा किराओ कीता जावेगा। ਸੋ ਸਤਿਕਾਰਯੋਗ ਸਾਥੀਓ, ਮੇਰਾ ਨਾਮ ਜਤਿੰਦਰ ਭਨੋਟ ਹੈ ਜੀ, ਤੇ ਅੱਜ ਅਸੀਂ ਵੇਰਕਾ ਕੈਟਲ ਫੀਡ ਕਣੀਆਂ ਦੇ ਬਾਂਗਰ 'ਚ ਅਸੀਂ ਧਰਨਾ ਲਾਇਆ ਸੀਗਾ। ਤੇ ਸਾਡੀ ਇੱਕ ਮੰਗ ਆ, ਤੇ ਭਗਵੰਤ ਮਾਨ ਨੇ ਆਪਣੇ ਬਿਆਨ ਦਿੱਤੇ ਵੀ ਜਿਹੜਾ ਕੋਈ ਵਰਕਰ ਕੰਮ ਕਰ ਰਿਹਾ ਵਾ 3 ਸਾਲ ਤੋਂ, 3 ਸਾਲ ਤੋਂ ਬਾਅਦ ਆਪਾਂ ਕੰਟਰੈਕਟ ਤੇ ਰੱਖਾਂਗੇ, 3 ਸਾਲ ਤੋਂ ਬਾਅਦ ਵੇਖਾਂਗੇ ਕੀ ਕਰਨਾ ਕੀ ਨਹੀਂ। ਸੋ ਸਤਿਕਾਰਯੋਗ ਸਾਥੀਓ, ਆਪਾਂ ਦੀ ਹੁਣ ਮੀਟਿੰਗ ਆ 16 ਤਰੀਕ ਨੂੰ ਭਗਵੰਤ ਮਾਨ ਨਾਲ, ਜੇ ਤਾਂ ਚਲੋ ਉਹ ਕੋਈ ਸਾਡਾ ਹੱਲ ਕਰ ਦੂਗਾ, ਬਣ ਜੂਗਾ ਸਾਡੀ ਜੋ ਮੰਗ ਆ, ਤੇ ਫਿਰ ਤਾਂ ਠੀਕ ਆ, ਨਹੀਂ ਤੇ ਫਿਰ ਅਸੀਂ ਪੰਜਾਬ ਲੈਵਲ ਤੇ ਮਤਲਬ ਤਗੜਾ ਸੰਘਰਸ਼ ਕਰਾਂਗੇ ਸਾਰੇ ਰਲ ਮਿਲ ਕੇ। ਸੋ ਸਾਰੇ ਸਾਥੀਆਂ ਦਾ ਬਹੁਤ ਹੀ ਧੰਨਵਾਦ ਆ, ਸਾਡੇ ਪਲਾਂਟ ਦੀਆਂ ਮੈਡਮਾਂ ਨੇ ਵੀ ਸਾਡੇ ਨਾਲ ਆਣ ਕੇ ਸਹਿਯੋਗ ਕੀਤਾ, ਬੈਠੀਆਂ ਆਣ ਕੇ ਧਰਨੇ 'ਚ, ਬਹੁਤ ਵਧੀਆ ਲੱਗਾ। ਸੋ ਗਾਂ ਅੱਗੇ ਆਪਾਂ ਵੱਡੇ ਸੰਘਰਸ਼ ਕਰਾਂਗੇ, ਵੱਡੇ ਲੈਵਲ 'ਤੇ ਕਰਾਂਗੇ, ਜਿਹੜੇ ਭਗਵੰਤ ਮਾਨ ਮੰਨ ਜਾਂਦਾ, ਕਿਉਂਕਿ 10-10 ਸਾਲ ਤੋਂ ਬੰਦੇ ਕੰਮ ਕਰ ਰਹੇ ਆ ਇੱਥੇ, ਉਹਨਾਂ ਨੂੰ ਫਿਰ 3 ਸਾਲ ਦਾ ਉਹ ਆਪਣਾ ਐਵੇਂ ਜੁਮਲਾ ਜਿਹਾ ਹੀ ਬਣਾਇਆ ਮੋਦੀ ਨੂੰ ਵੀ ਆਉਂ ਜੇ ਉਹ ਪੱਕੇ ਕਰਾਂਗੇ, ਆਉਂ ਫਲਾਣਾ ਜਾਂ ਜੇ, ਹੁਣ ਜਿਹੜੇ 10 ਸਾਲ ਤੋਂ ਕੰਮ ਕਰਦੇ ਫਿਰ ਕੰਟਰੈਕਟ 'ਚ ਆਉਣਗੇ, ਫਿਰ ਮਤਲਬ ਆਪਣਾ 10 ਤੋਂ 13 ਸਾਲ ਲਾਉਣਗੇ, ਇਹਨਾਂ ਦੀ ਸਰਕਾਰ ਬਦਲਗੀ ਜਾਂ ਕੁਛ ਕੋਈ ਗੱਲਬਾਤ ਹੋ ਗਈ, ਇਹ ਜ਼ਿੰਮੇਵਾਰ ਥੋੜ੍ਹਾ ਕੇ ਜੀ ਨੇ। ਸੋ ਸਾਥੀਓ, ਇਹ ਬੇਨਤੀ ਆ, ਤੁਸੀਂ ਸਾਰੇ ਮੇਰੇ ਨਾਲ ਇਕੱਠੇ ਹੋ ਕੇ, ਸਾਰੇ ਸਾਡੀ ਟੀਮ ਨਾਲ ਇਕੱਠੇ ਹੋ ਕੇ ਸੰਘਰਸ਼ ਕਰੋ, ਜ਼ੋਰਦਾਰ ਤਗੜਾ ਸੰਘਰਸ਼ ਕਰੋ, ਆਪਾਂ ਜਿੱਤਾਂਗੇ ਜ਼ਰੂਰ। ਮੇਰਾ ਨਾਮ ਜਗਜੀਤ ਸਿੰਘ ਹੈ ਜੀ, ਕੈਟਲ ਫੀਡ ਪਲਾਂਟ ਕਣੀਆਂ ਕੇ ਬਾਂਗਰ ਤੋਂ ਮੈਂ ਪਲਾਂਟ ਪ੍ਰਧਾਨ ਹਾਂ ਜੀ, ਆਊਟਸੋਰਸ ਵਰਕਰ ਦਾ। ਅਤੇ ਸਾਡੀਆਂ ਇਹ ਮੰਗਾਂ ਨੇ ਕਿ ਪਹਿਲ ਦੇ ਆਧਾਰ 'ਤੇ ਜਿਹੜੇ ਪਲਾਂਟ ਦੇ ਵਿੱਚ ਆਊਟਸੋਰਸ ਮਿਲਕ ਫੈਡ ਦੇ ਵਿੱਚ ਕੰਮ ਕਰ ਰਹੇ ਨੇ ਆਊਟਸੋਰਸ ਵਰਕਰ, ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਅਤੇ ਫਿਰ ਜਿਹੜੀ 500 ਭਰਤੀ ਇਹਨਾਂ ਨੇ ਪ੍ਰਵਾਨਗੀ ਦਿੱਤੀ ਆ, ਅਤੇ ਉਹ ਫਿਰ 500 ਭਰਤੀ ਜੇ ਰਹਿੰਦੀ ਅਸਾਮੀਆਂ 'ਤੇ ਕੀਤੀ ਜਾਵੇ, ਅਤੇ ਉਹਨਾਂ 'ਚ ਰਹੀ 500 ਭਰਤੀ ਨਹੀਂ ਹੋਣ ਦੇਵਾਂਗੇ ਜਿੰਨਾ ਚਿਰ ਸਾਡੇ ਆਊਟਸੋਰਸ ਵਰਕਰਾਂ ਦਾ ਕੋਈ ਹੱਲ ਨਹੀਂ ਹੋ ਜਾਂਦਾ। ਅਤੇ ਮੰਤਰੀ ਸਾਹਿਬ ਨੇ ਸਾਨੂੰ, ਕੁਲਦੀਪ ਸਿੰਘ ਧਾਲੀਵਾਲ ਨੇ ਸੀ ਐੱਮ ਦੀ ਮੀਟਿੰਗ ਲਿਆ ਕੇ ਦਿੱਤੀ ਆ 16 ਮਾਰਚ ਨੂੰ, ਅਤੇ ਉਹਦੇ ਹੀ ਸੰਬੰਧ ਵਿੱਚ ਅਸੀਂ ਵੱਖ ਵੱਖ ਪਲਾਂਟਾਂ 'ਚ ਪੂਰੀ ਮਿਲਕ ਫੈਡ ਦੇ ਵਿੱਚ 3 ਤੋਂ 13 ਗੇਟ ਰੈਲੀਆਂ ਕਰਦੇ ਹਾਂ, ਅਤੇ ਅੱਜ ਸਾਡੇ ਪਲਾਂਟ ਦੀ ਹੀ ਗੇਟ ਰੈਲੀ ਕਣੀਆਂ ਕੇ ਬਾਂਗਰ ਕੈਟਲ ਫੀਡ ਪਲਾਂਟ ਦੀ, ਉਹਦੇ ਵਿੱਚ ਅੱਜ ਆਪਾਂ ਆਪਣੀ ਗੇਟ ਰੈਲੀ ਕੀਤੀ ਆ। ਅਤੇ ਬਾਕੀ ਜੇ ਸੀਐਮ ਸਾਹਿਬ ਜੇ ਸਾਡੇ ਨਾਲ ਮੀਟਿੰਗ ਨਹੀਂ ਕਰਦੇ 16 ਮਾਰਚ ਨੂੰ, ਉਹ ਤਾਂ ਫਿਰ ਅਸੀਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਇਸ ਤੋਂ ਬਾਅਦ ਸਾਡਾ ਅਗਲਾ ਸਟੈਪ ਹੋਊਗਾ ਕਿ ਮੋਹਾਲੀ ਪਲਾਂਟ ਨੂੰ ਘੇਰਿਆ ਜਾਏਗਾ, ਪੂਰੀ ਮਿਲਕ ਫੈਡ ਜਾਮ ਕੀਤੀ ਜਾਊਗੀ, ਅਤੇ ਮੰਤਰੀਆਂ ਅਤੇ MLA ਦਾ ਪਿੰਡਾਂ 'ਚ ਵਰਨਾ ਬੰਦ ਕਰਾਂਗੇ, ਇਹਨਾਂ ਦਾ ਥਾਂ ਥਾਂ 'ਤੇ ਝੰਡੀਆਂ ਕਾਲੀਆਂ ਝੰਡੀਆਂ ਘਰਾਓ ਕੀਤਾ ਜਾਵੇਗਾ। ਬਾਕੀ ਜੇ ਉਹਨਾਂ ਦੇ ਅਗਲਾ ਸਟੈਪ ਆ ਕਿ ਸਾਡਾ ਪੂਰੀ ਜੋ ਸਾਡੀ ਯੂਨੀਅਨ ਦਾ ਫੈਸਲਾ ਹੋਊਗਾ ਉਹਦੇ 'ਤੇ ਹੀ ਸਿਰ ਮੱਥੇ ਹੋਵਾਂਗੇ। ਮੇਰਾ ਨਾਮ ਪਵਨਦੀਪ ਸਿੰਘ ਆ, ਵੇਰਕਾ ਮਿਲਕ ਪਲਾਂਟ ਅਤੇ ਕੈਟਲ ਫੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾਈ ਆਗੂ। ਸਾਡਾ ਜਿਹੜਾ ਪ੍ਰੋਗਰਾਮ ਸੀਗਾ ਅੱਜ ਦਾ, ਜਿਹੜਾ ਕਣੀਏ ਕੇ ਬਾਂਗਰ ਪਲਾਂਟ ਕੈਟਲ ਫੀਡ ਜੋ ਹੈ ਉੱਥੇ ਅੱਜ ਗੇਟ ਰੈਲੀ ਕੀਤੀ ਜਾ ਰਹੀ ਸੀਗੀ,
जी गेट रैली है कि शांतमई पूर्व तरीके सरकार ने दसन वास्ते एपी वर्कर कि रोस है जरा सरकार ने वोटा के वादा किया असी ठेकेदारी सिस्टम खत्म करा तो विभागों के लैके मुलाजम रेगूलर करा उदों के मुकरते हुए ठेकेदारी सिस्टम होर प्लांटा बढ़ावा दिता जा रहा जिदे तो साडा संघर्ष लगातार जारी हो चलता आ रहा पिछे जी असी मंत्री कुलदीप सिंह धालीवाल जी के घर ग्रह विखे दो दिन का धरना दिता जिदे तो मंत्री साहब ने सानू दो मीटिंग लैके दी 16 तरीक की जी मुख्यमंत्री साहब ना मीटिंग आ जे 16 की मीटिंग के जी मा होनी है हूँ 16 को आने वाली जो मीटिंग नहीं होंगी जंत्र मुख्यमंत्री साहब साढ़े ना बैठ के साड़िया मंगा मसलों का हल नहीं करते तो जी पोस्टा 500 कड़िया ने उन्होंने पाबंदी नहीं लाते जो तो पहले सानू रेगूलर नहीं करते तो आने वाले दिनों में जरा गेट रैलिया के करके असी वर्कर जी गलबात की भी जरा मोहाली प्लांट उन्होंने तगड़े रूप के घराओ किया जाऊगा जी साड़ी मेन मंग आ भी जे पहल के आधार से वर्कर पहलों तो काम करते और सोर्स मुलाजम इन्होंने विभाग के शामिल किया जाए उस तो बाद जे ठेकेदार ने जी सा लुट करते हैं जिहड़े 30-35% पैसा साडा लुट के लै जांदे ने इन्हां नूं विभागां विच बाहर कढ़िया जावे जिहड़ा इह करप्शन दा सीधा सीधा राह आ जिहदे ते सरकार बणी सी भी असीं करप्शन रोकांगे असीं कहिंदे भी इन्हां ठेकेदारां नूं बाहर करके करप्शन नूं रोकिया जावे।